ਇਸ ਪੌੜੀ ਦੇ ਦੂਜੇ ਵੀ ਸ਼ਲੋਕ ਵਿੱਚ ਸਤਿਗੁਰਾਂ ਨੇ ਇਸ ਪੌੜੀ ਨਾਲ ਦਰਜ ਦੂਜੇ ਸ਼ਲੋਕ 'ਚ ਜਿੱਥੇ ਪੜ੍ਹਾਈ ਦਾ ਜ਼ਿਕਰ ਕੀਤਾ, ਜੇਤਾ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ ਦਾ ਜ਼ਿਕਰ ਕੀਤਾ, ਉਸ ਸ਼ਲੋਕ ਵਿੱਚ ਹਜ਼ੂਰ ਨੇ ਬਾਹਰਮੁਖੀ ਕਰਮ ਕਾਂਡ, ਹੱਠ ਵਾਲੇ ਕਰਮ, ਵਿਖਾਵੇ ਦੇ ਕਰਮ ਜਿਨ੍ਹਾਂ ਵਿੱਚ ਰਸ ਕੋਈ ਨਹੀਂ, ਜੋ ਫੋਕਟ ਕਰਮ ਨੇ, ਸਿਰਫ ਨਾਮ ਹੀ ਅੰਦਰ ਦੇ ਅੰਦੇਸੇ ਨੂੰ ਖਤਮ ਕਰ ਸਕਦਾ, ਇਸ ਸੰਬੰਧੀ ਆਪਾਂ ਵਿਚਾਰ ਸਰਵਣ ਕੀਤੇ। ਅੱਜ ਹਜ਼ੂਰ ਨੇ ਪੌੜੀ 'ਚ ਇੱਕ ਤਾਂ ਉਹਨਾਂ ਪ੍ਰਭੂ ਪਿਆਰੇ ਭਗਤਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਸਾਈਂ ਦੇ ਦਰ ਉੱਪਰ ਆਪਣੇ ਆਪ ਨੂੰ ਮੁਕੰਮਲ ਤੌਰ 'ਤੇ ਸਮਰਪਣ ਕਰਕੇ ਪਰਮੇਸ਼ਵਰ ਜੀ ਦੀ ਸਿਫਤ ਸਲਾਹ ਵਾਹਿਗੁਰੂ ਜੀ ਦੀ ਭਗਤੀ ਦੇ ਗੀਤ ਗਾਉਂਦੇ ਨੇ। ਦੂਸਰਾ, ਇਸ ਪੌੜੀ 'ਚ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜੋ ਅਭਾਗੇ, ਬਖਸ਼ਿਸ਼ ਤੋਂ ਵਿਰਵੇ, ਬਖਸ਼ਿਸ਼ ਤੋਂ ਸੱਖਣੇ, ਬਖਸ਼ਿਸ਼ ਤੋਂ ਖਾਲੀ, ਕਰਮਾਂ ਦੇ ਖੀਣੇ, ਉਹਨਾਂ ਨੂੰ ਮਾਲਕ ਦੇ ਦਰ 'ਤੇ ਢੋਈ ਨਹੀਂ, ਉਹ ਤਾਂ ਸਿਰਫ ਦਿਨ ਰਾਤ ਅੰਦਰੂਨੀ ਤੌਰ 'ਤੇ ਮਾਨਸਿਕ ਖੰਡਾਓ ਵਿੱਚ ਹੀ ਭੱਜੇ ਫਿਰਦੇ ਨੇ। ਤੀਸਰਾ, ਇਸ ਪੌੜੀ ਵਿੱਚ ਗੁਰਦੇਵ ਦੀ ਅੱਤ ਦੀ ਨਿਮਰਤਾ, ਆਪਣੇ ਆਪ ਨੂੰ ਇੱਕ ਢਾਡੀ ਤੇ ਨੀਵਾਂ ਢਾਡੀ ਸ਼ਬਦ ਵਰਤਿਆ ਤੇ ਨਾਲ ਸ਼ਬਦ ਵਰਤਿਆ, ਬਾਕੀ ਸਭ ਉੱਚੇ ਨੇ, ਮੈਂ ਨੀਵਾਂ ਢਾਡੀ ਹਾਂ, ਸਿਫਤ ਕਰਨ ਵਾਲਾ ਮੈਂ, ਹੇ ਮੇਰੇ ਵਾਹਿਗੁਰੂ ਮੈਂ ਤੇਰੇ ਦਰ 'ਤੇ ਉਹਨਾਂ ਦੀ ਮੰਗ ਕਰਨ ਆਇਆ, ਉਹਨਾਂ ਦੀ ਸੰਗਤ ਮੰਗਣ ਆਇਆ ਜਿਹੜੇ ਸਾਈਂ ਤੇਰੇ ਦਰ 'ਤੇ ਤੈਨੂੰ ਦਿਨ ਰਾਤ ਧੰਨ ਧਿਆਉਂਦੇ ਨੇ। ਪਹਿਲੀ ਬੇਨਤੀ ਦਾਸ ਕਰੇਗਾ। ਇਸ ਪੌੜੀ ਦੀਆਂ ਆਰੰਭਕ ਤੁਕਾਂ ਨੇ ਕਿ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ, ਕਿਉਂਕਿ ਦਾਸ ਵਾਰ ਵਾਰ ਇਹ ਗੱਲ ਇਸ ਆਸਾ ਕੀ ਵਾਰ ਦੀ ਕਥਾ ਵਿੱਚ ਦੁਹਰਾ ਰਿਹਾ ਹੈ, ਬੇਨਤੀ ਕਰ ਰਿਹਾ ਹੈ। ਮੇਰਾ ਮਕਸਦ ਵਿਦਵਤਾ ਜਾਂ ਬਹੁਤ ਜ਼ਿਆਦਾ ਪ੍ਰਮਾਣ ਉਦਾਹਰਣਾਂ ਦੇਣ ਦਾ ਨਹੀਂ, ਮੇਰਾ ਮਕਸਦ ਸਿਰਫ ਇੰਨਾ ਹੈ ਜੋ ਰੋਜ਼ਾਨਾ ਬਾਣੀ ਦਾ ਕੀਰਤਨ ਹੁੰਦਾ ਹੈ, ਜਿੰਨੀ ਨੂੰ ਕੋ ਮਾਲਕ ਨੇ ਸੋਝੀ ਬਖਸ਼ੀ ਉਹ ਸੰਗਤ ਨਾਲ ਅਰਥ ਵਿਚਾਰ ਸਾਂਝੇ ਕਰ ਸਕਾਂ। ਪਹਿਲਾਂ ਇਹ ਸ਼ਬਦ ਮੈਂ ਅਰਜ਼ ਕੀਤੀ, ਭਗਤ ਤੇਰੇ ਮਨ ਭਾਵਦੇ, ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਇਹਦਾ ਅਰਥ ਹੈ ਬਹੁਤ ਸਾਰੇ ਭਗਤ ਬਹੁ ਵਚਨ। ਇਹ ਵੀ ਸਾਨੂੰ ਪਤਾ ਹੈ ਕਿ ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਆਉਂਦੀ ਹੈ ਉਹਦਾ ਅਰਥ ਹੈ ਪਰਮਾਤਮਾ ਦੀ ਭਗਤੀ। ਇੱਥੇ ਬਹੁ ਵਚਨ ਭਗਤ ਲਫ਼ਜ਼ ਹੈ ਕਿ ਭਗਤ ਤੇਰੇ, ਇਹਦਾ ਪਾਠ ਕਈ ਸੱਜਣ ਅਕਸਰ ਤੇਰੇ ਕਰ ਦਿੰਦੇ ਨੇ, ਇੱਕ ਲਾਂਕ ਨਹੀਂ, ਪਾਠ ਹੈ ਤੇਰੇ, ਭਗਤ ਤੇਰੇ ਮਨ ਭਾਵਦੇ, ਇਹਦਾ ਅਰਥ ਹੈ ਪ੍ਰਭੂ ਉਹ ਭਗਤ ਜਨ ਤੇਰੇ ਮਨ ਨੂੰ ਭਾਵਦੇ ਦਾ ਅਰਥ ਹੈ ਚੰਗੇ ਲੱਗਦੇ ਨੇ, ਤੈਨੂੰ ਬੜੇ ਪਿਆਰੇ ਲੱਗਦੇ ਨੇ, ਕੌਣ ਦਰ, ਤੇਰੇ ਦਰ ਉੱਤੇ ਸੋਹਨ ਸੋਭਦੇ ਨੇ, ਕੌਣ ਕੀਰਤ ਗਾਉਂਦੇ, ਜਿਹੜੇ ਪ੍ਰਭੂ ਤੇਰੇ ਦਰ ਦੇ ਉੱਪਰ ਤੇਰੀ ਕੀਰਤੀ ਕਰਦੇ ਨੇ, ਤੇਰੇ ਦਰ ਦੇ ਉੱਪਰ ਤੇਰੀ ਸਿਫਤ ਕਰਦੇ ਨੇ, ਮੇਰੇ ਪਾਰ ਬ੍ਰਹਮ ਪਰਮੇਸ਼ਵਰ ਐਸੇ ਭਗਤ ਤੇਰੇ ਦਰ ਦੇ ਉੱਪਰ ਸੁਭਾਏ ਮਾਨ ਨੇ, ਉਹ ਸ਼ੋਭਨੀਕ ਨੇ, ਸੱਚ ਇਹ ਵੇ ਕਿ ਉਹ ਤੇਰੇ ਮਨ ਨੂੰ ਅੱਤ ਦੇ ਪਿਆਰੇ ਲੱਗਦੇ ਨੇ। ਪਹਿਲੀ ਤੁਕ ਤੇ ਆਪਾਂ ਥੋੜਾ ਜਿਹਾ ਰੋਕ ਕੇ ਵਿਚਾਰ ਜ਼ਰੂਰ ਕਰੀਏ। ਲਫ਼ਜ਼ ਆਇਆ ਹੈ ਭਗਤ, ਉਂਝ ਸਿਆਣੇ ਸੁਗੜ ਵਿਦਵਾਨ ਕਹਿੰਦੇ ਨੇ ਕਿ ਭਗਤ ਲਫ਼ਜ਼ ਸੰਸਕ੍ਰਿਤ ਦੀ ਭਜ ਧਾਤੂ ਤੋਂ ਪੈਦਾ ਹੋਇਆ, ਇਹਦਾ ਅਰਥ ਹੈ ਸੇਵਣਾ, ਆਰਾਧਨਾ ਜਾਂ ਪੂਜਾ ਸਮਰਪਣ। ਉਂਝ ਜੇ ਇਸ ਨੂੰ ਭਗਤ ਲਫ਼ਜ਼ ਨੂੰ ਅੱਖਰਗਤ ਕੁਛ ਵਿਦਵਾਨਾਂ ਨੇ ਇਹਦੇ ਅਰਥ ਕੀਤੇ, ਅੱਖਰਗਤ ਮੰਨ ਲਓ ਜਿਵੇਂ ਤਿੰਨ ਅੱਖਰਾਂ ਦਾ ਜੋੜ ਹੈ ਲਫ਼ਜ਼ ਭਗਤ, ਪੱਬਾ, ਗੱਗਾ ਤੇ ਤੱਤਾ। ਇੱਕ ਸੂੜ ਵਿਦਵਾਨ ਨੇ ਅੱਖਰਗਤ ਅਰਥ ਕਰਦਿਆਂ ਇਹ ਸ਼ਬਦ ਕਹੇ ਕਿ ਪੱਬੇ ਦਾ ਅਰਥ ਜਿਸ ਦੇ ਕੋਲ ਪ੍ਰੇਮਾ ਭਗਤੀ ਹੈ, ਇਉਂ ਕਹਿ ਲਓ
ਭੱਬੇ ਦਾ ਅਰਥ ਜਿਸ ਕੋਲ ਪਰਮਾਤਮਾ ਦੀ ਭਗਤ ਹੈ। ਦੂਸਰਾ ਗੱਗਾ ਉਹਦਾ ਅਰਥ ਕੀਤਾ ਕਿ ਜਿਸ ਵਿੱਚੋਂ ਭਗਤੀ ਕਰਕੇ ਅਨੁਭਵੀ ਗਿਆਨ ਪੈਦਾ ਹੋਇਆ ਹੈ। ਇਹ ਸੱਚ ਹੈ ਕਿ ਬੁੱਧ ਗਿਆਨ ਵਿੱਚ ਤੇ ਅਨੁਭਵੀ ਗਿਆਨ ਵਿੱਚ ਬੜਾ ਫਰਕ ਹੈ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹਾਂ, ਕਬੀਰ ਸਾਹਿਬ ਦਾ ਇੱਕ ਬੋਲ ਹੈ, ਜੇ ਦੇਖੋ ਕਬੀਰ ਸਾਹਿਬ ਕੋਈ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਆਦਿਕ ਉਹਨਾਂ ਦਾ ਕੋਈ ਪਠਨ ਪਾਠਨ ਨਹੀਂ ਉਹ ਕਰਦੇ, ਪਰ ਜਦੋਂ ਕਿਸੇ ਵੇਦ ਪਾਠੀ ਦੇ ਸਾਹਮਣੇ, ਕਿਸੇ ਮਹਾਨ ਪੰਡਿਤ ਦੇ ਸਾਹਮਣੇ ਜਾਂ ਮਹਾਨ ਵਿਦਵਾਨ ਸਾਹਮਣੇ ਉਹ ਗੱਲ ਕਰਦੇ ਨੇ, ਤੇ ਉਹਨਾਂ ਦੀ ਮੈਨੂੰ ਉਹ ਰਚਨਾ ਵਿੱਚੋਂ ਦੋ ਤੁਕਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਉਹਨਾਂ ਦੇ ਆਪਣੇ ਗਿਆਨ ਬਾਰੇ। ਉਹ ਬਚਨ ਨੇ ਕਿ ਤੂੰ ਬਾਹਮਣ ਮੈਂ ਕਾਸ਼ੀਕ ਜੁਲਹਾ, ਤੂੰ ਉੱਚੀ ਕੁਲ ਦਾ ਬ੍ਰਾਹਮਣ ਹੈ, ਮੈਂ ਕਾਸ਼ੀ ਵਿੱਚ ਰਹਿਣ ਵਾਲਾ ਇੱਕ ਸਾਦਾ ਜਿਹਾ ਜੁਲਾਹਾ ਹਾਂ। ਬੁੱਝੋ ਮੋਰ ਗਿਆਨਾ, ਤੇਰੇ ਕੋਲ ਵੇਦ ਹੈ ਗੈਤਰੀ ਮੰਤਰ ਹੈ, ਪਰ ਆ ਕੱਪੜੇ ਬੁਨ ਵਾਲੇ ਭਗਤ ਦੇ ਅੰਦਰ ਦੇ ਗਿਆਨ ਨੂੰ ਵੀ ਸਮਝ। ਤੂੰ ਬਾਹਮਣ ਮੈਂ ਕਾਸ਼ੀਕ ਜੁਲਹਾ, ਬੁੱਝੋ ਮੋਰ ਗਿਆਨਾ, ਤੁਮ ਤੋ ਜਾਚੇ ਤੂੰ ਤਾਂ ਮੰਗਣਾ ਪਿਆ ਹੈ, ਰਾਜਿਆਂ ਦੇ ਦਰ ਤੇ ਖਲੋ ਕੇ ਤੂੰ ਤੋ ਜਾਚੋ ਭੂਪਤ ਰਾਜੇ, ਹਰਸ਼ੋ ਮੋਰ ਧਿਆਨਾ। ਤੂੰ ਇੰਨਾ ਕੁਝ ਪੜ੍ਹ ਕੇ ਵੀ ਇਸ ਅਨੁਭਵ ਚ ਨਹੀਂ ਜੀਂਦਾ ਕਿ ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਹੈ। ਤੂੰ ਗ੍ਰੰਥ ਵਿੱਚੋਂ ਪੜ੍ਹ ਕੇ ਗਿਆਨ ਦੇਣਾ ਕਿ ਸਭ ਕਾ ਰਾਜ਼ਿਕ, ਸਭ ਕਾ ਪਾਲਕ, ਸਭ ਕੀ ਪਾਲਣਾ ਕਰਨੇ ਵਾਲਾ ਸਿਰਫ ਇੱਕ ਭਗਵਾਨ ਹੈ, ਪਰ ਤੂੰ ਉਸ ਅਨੁਭਵ ਚ ਕਿਉਂ ਨਹੀਂ ਉਤਰਦਾ ਕਿ ਪਰਮਾਤਮਾ ਤੇਰੀ ਵੀ ਪ੍ਰਤਪਾਲਣਾ ਕਰੇਗਾ, ਪਰ ਤੇਰਾ ਗਿਆਨ ਤਾਂ ਤੂੰ ਰਾਜੇ ਮਹਾਰਾਜੇ ਵਜ਼ੀਰਾਂ ਅਮੀਰਾਂ ਦਾ ਮੁਥਾਜ ਬਣਿਆ ਹੈ। ਮੈਂ ਅਰਜ਼ ਕਰਾਂਗਾ, ਦੇਖੋ ਇਹ ਇੱਕ ਉਹ ਗਿਆਨ ਹੈ ਜਿਹੜੀ ਅੰਦਰ ਦੀ ਅਵਸਥਾ। ਕਬੀਰ ਸਾਹਿਬ ਨੇ ਵੈਸੇ ਇਸ ਭਗਤ ਵਿੱਚੋਂ ਉਪਜੇ ਗਿਆਨ ਦਾ ਜ਼ਿਕਰ ਵੀ ਆਪਣੀ ਰਚਨਾ ਚ ਕੀਤਾ ਕਿ ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਖੈਰ ਮੈਂ ਬੇਨਤੀ ਕਰਾਂਗਾ, ਭਗਤ ਲਫ਼ਜ਼ ਦੇ ਅੱਖਰਗਤ ਅਰਥ ਕਰਦਿਆਂ ਉਹ ਸੁਗੜ ਵਿਦਵਾਨ ਨੇ ਕੀਤੇ ਨੇ, ਭੱਬੇ ਦਾ ਅਰਥ ਜਿਹਦੇ ਕੋਲ ਪ੍ਰਭੂ ਦੀ ਭਗਤੀ ਹੈ, ਇਉਂ ਕਹਿ ਲਈਏ ਜਿਹੜਾ ਭਗਤੀ ਕਰਦਾ ਹੈ। ਗੱਗੇ ਦਾ ਅਰਥ ਕੀਤਾ, ਸ਼ਬਦ ਬਣਾਇਆ ਕਿ ਜਿਹਦੇ ਕੋਲ ਭਗਤੀ ਵਿੱਚੋਂ ਉਪਜਿਆ ਹੋਇਆ ਅਨੁਭਵੀ ਗਿਆਨ ਹੈ। ਤੀਸਰਾ ਅੱਖਰ ਹੈ ਭਗਤ ਦਾ ਤੱਤਾ, ਕੇਵਲ ਗਿਆਨ ਨਹੀਂ ਜਿਸ ਕੋਲ ਤਿਆਗ ਕਰਨ ਦੀ ਬੜੀ ਵੱਡੀ ਸਮਰੱਥਾ ਹੈ। ਇਹਦਾ ਮਤਲਬ ਕਿ ਭਗਤ ਲਫ਼ਜ਼ ਦੇ ਅਰਥ ਕੀਤੇ ਗਏ ਭਗਤੀ, ਗਿਆਨ ਤੇ ਤਿਆਗ। ਚਲੋ ਇਹ ਵਿਦਵਾਨਾਂ ਨੇ ਅੱਖਰਗਤ ਸ਼ਬਦ ਬਣਾ ਦਿੱਤੇ, ਪਰ ਜਦੋਂ ਅਸੀਂ ਗੀਤਾ ਵਿੱਚ ਦੇਖਦੇ ਹਾਂ ਕਿ ਭਗਤ ਕੌਣ ਹੈ, ਭਗਤ ਕਿੰਨੇ ਪ੍ਰਕਾਰ ਦੇ ਨੇ, ਤੇ ਉੱਥੇ ਸਾਨੂੰ ਪੜ੍ਹਨ ਨੂੰ ਮਿਲਦਾ ਹੈ ਉੱਥੇ ਭਗਤਾਂ ਦੇ ਚਾਰ ਦਰਜੇ ਨੇ। ਉਹ ਮੈਂ ਸਿਰਫ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਗੁਰਮਤ ਵਿੱਚ ਸ਼ਬਦ ਗੁਰਬਾਣੀ ਵਿੱਚ ਭਗਤ ਦੀ ਕੀ ਪਰਿਭਾਸ਼ਾ ਹੈ, ਭਗਤ ਦੀ ਕੀ ਥਾਂ ਹੈ, ਕਿਉਂਕਿ ਮੈਂ ਜ਼ਿਆਦਾ ਸਮਾਂ ਇਸ ਲਫ਼ਜ਼ ਤੇ ਲਾਉਣਾ ਚਾਹੁੰਦਾ ਕਿ ਭਗਤ ਤੇਰਾ ਮਨ ਭਾਉਂਦੇ। ਗੀਤਾ ਵਿੱਚ ਅਰਥਾ ਅਰਥੀ ਭਗਤ, ਆਰਤ ਭਗਤ, ਜਗਿਆਸੂ ਭਗਤ ਤੇ ਗਿਆਨੀ ਭਗਤ, ਚਾਰ ਤਰ੍ਹਾਂ ਦੇ ਭਗਤਾਂ ਦਾ ਜ਼ਿਕਰ ਹੈ। ਚਲੋ ਫਿਰ ਮੈਂ ਦੁਹਰਾ ਦੇਣਾ ਕਿ ਆਰਤ ਭਗਤ ਇੱਕ, ਅਰਥਾ ਅਰਥੀ ਦੋ, ਜਗਿਆਸੂ ਤਿੰਨ ਤੇ ਗਿਆਨੀ ਜਿਹੜਾ ਉਹ ਚਾਰ। ਇਹਦੇ ਅਰਥ ਵੀ ਕੀਤੇ ਗਏ ਸੂਝਵਾਨ ਸੱਜਣਾ ਵੱਲੋਂ। ਆਰਤ ਦਾ ਅਰਥ ਹੁੰਦਾ ਦੁਖਿਆਰਾ, ਆਰਤ ਦਾ ਅਰਥ ਆਜ਼ਿਜ਼ ਵੀ ਹੁੰਦਾ। ਆਰਤ ਭਗਤ ਦਾ ਅਰਥ ਹੈ ਕਿ ਇਨਸਾਨ ਭਗਤੀ ਸਿਮਰਨ ਸ਼ੌਕ ਨਾਲ ਨਹੀਂ ਕਰਦਾ। ਮੰਨ ਲਓ ਉਹਦੇ ਪਰਿਵਾਰ ਵਿੱਚ ਕੋਈ ਕਲਾ ਕਲੇਸ਼ ਆ ਗਿਆ, ਉਹਦੇ ਸਰੀਰ ਨੂੰ ਕੋਈ ਰੋਗ ਲੱਗ ਗਿਆ, ਜਾਂ ਦੁਨੀਆਂ ਦਾ ਕੋਈ ਦੁੱਖ ਮੁਸੀਬਤ ਭੀੜਾ ਉਹਦੇ ਤੇ ਆ ਗਈ, ਉਸ ਵਕਤ ਫਿਰ ਉਹ ਪ੍ਰਭੂ ਦੀ ਸ਼ਰਨ ਵੀ ਜਾਂਦਾ ਹੈ। ਉਹ ਜਦੋਂ ਸਾਰੇ ਪਾਸੇ ਦਰਵਾਜ਼ੇ ਬੰਦ ਹੋ ਜਾਂਦੇ ਨੇ, ਫਿਰ ਉਹ ਦੁਖੀ ਹੋਇਆ ਬੰਦਾ ਆਪਣੇ ਦੁੱਖ ਦੀ ਪੀੜਾ ਨੂੰ ਖਤਮ ਕਰ ਲਈ, ਫਿਰ ਦੁੱਖ ਹਰਤਾ ਪ੍ਰਭੂ ਦੀ ਸ਼ਰਨ ਵੀ ਜਾਂਦਾ ਹੈ। ਗੀਤਾ ਮੁਤਾਬਕ ਉਹ ਆਰਤ ਭਗਤ ਹੈ ਜੋ ਆਪਣੇ ਦੁੱਖ ਨੂੰ ਲੋੜ ਨੂੰ ਲੈ ਕੇ ਪਰਮਾਤਮਾ ਦੀ ਪ੍ਰਭੂ ਦੀ ਭਗਤੀ ਕਰਦਾ ਹੈ। ਦੂਸਰਾ ਹੈ ਅਰਥਾ ਅਰਥੀ ਭਗਤ, ਇਹ ਉਹ ਭਗਤ ਹੈ। ਮੰਨ ਲਓ ਕਿਸੇ ਇਨਸਾਨ ਦਾ ਰੋਜ਼ੀ
ਰਿਜ਼ਕ ਜਾਂ ਕਾਰੋਬਾਰ ਨਹੀਂ ਚੱਲਦਾ। ਉਹਨੂੰ ਦੱਸ ਦਿੱਤਾ ਗਿਆ ਫਲਾਂ ਫਲਾਂ ਬੰਦਾ, ਉਹਨੇ ਭਗਤੀ ਕੀਤੀ, ਉਹਦਾ ਕੰਮ ਬਹੁਤ ਚੱਲ ਗਿਆ, ਉਹਨੇ ਪ੍ਰਭੂ ਦੀ ਯਾਦ 'ਚ ਬੈਠਾ, ਉਹਦੇ ਕੰਮ ਸਾਰੇ ਰਾਸ ਆ ਗਏ। ਫਿਰ ਉਹ ਪਰਮਾਤਮਾ ਦੀ ਭਗਤੀ ਕਰਨ ਲੱਗਦਾ, ਪਰ ਪ੍ਰਭੂ ਨੂੰ ਪਾਉਣ ਲਈ ਨਹੀਂ। ਅਰਥਾ ਅਰਥੀ ਦਾ ਅਰਥ ਧਨ ਦੌਲਤ, ਵਪਾਰ ਕਾਰੋਬਾਰ ਫਸਲ ਦੇ ਲਈ ਉਹ ਪਰਮਾਤਮਾ ਦੀ ਭਗਤੀ ਕਰਦਾ। ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ ਸੀ, ਜੇ ਅੱਜ ਧਰਮ ਅਸਥਾਨਾਂ ਤੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਗੁਰਦੁਆਰਾ ਮੰਦਰ ਮਸਜਿਦ ਚਰਚ ਜਿੰਨੇ ਵੀ ਧਾਰਮਿਕ ਅਸਥਾਨ ਨੇ, ਮੇਰਾ ਖਿਆਲ ਉਹਦੇ ਵਿੱਚੋਂ 100 ਵਿੱਚੋਂ 99.9 ਬੰਦੇ ਤੁਹਾਨੂੰ ਉਹ ਮਿਲਣਗੇ ਜਿਹੜੇ ਸਿਰਫ ਪਰਮਾਤਮਾ ਦੇ ਕੋਲੋਂ ਧਨ ਦੌਲਤ ਮੰਗਣ ਵਾਸਤੇ ਜਾਂਦੇ ਨੇ, ਸਿਰਫ ਉਹ ਦੌਲਤ ਮੰਗਣ ਵਾਸਤੇ ਹੀ ਪਰਮਾਤਮਾ ਦੇ ਦਰ ਤੇ ਭਗਤੀ ਕਰਦੇ। ਮਹਾਰਾਜ ਜੀ ਨੇ ਕਿਹਾ ਉਹ ਅਰਥਾ ਅਰਥੀ ਭਗਤ, ਗੀਤਾ ਨੇ ਕਿਹਾ ਚਲੋ ਆਰਤ ਭਗਤ, ਅਰਥਾ ਅਰਥੀ ਭਗਤ, ਉਸ ਤੋਂ ਬਾਅਦ ਹੈ ਜਗਿਆਸੂ ਭਗਤ, ਜਿਹਦੇ ਅੰਦਰ ਇਹ ਜਗਿਆਸਾ ਹੈ, ਸੰਸਾਰ ਬੰਧਨ ਹੈ, ਸੰਸਾਰ ਜਨਮ ਮਰਨ ਦੁਖਦਾਈ ਹੈ, ਮੈਂ ਇਹਨਾਂ ਬੰਧਨਾਂ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ। ਐਸੇ ਭਗਤਾਂ ਬਾਰੇ ਇੱਕ ਜਗਿਆਸਾ ਪੈਦਾ ਜਿੰਨਾ ਚ ਹੋ ਗਈ, ਪਰ ਉਹਨਾਂ ਅੰਦਰ ਵੀ ਇਹ ਚਾਹ ਨਹੀਂ ਮੈਂ ਪ੍ਰਭੂ ਵਿੱਚ ਅਭੇਦ ਹੋਣਾ ਹੈ, ਉਹ ਹੈ ਗੀਤਾ ਮੁਤਾਬਕ ਜਗਿਆਸੂ ਭਗਤ। ਚੌਥਾ ਭਗਤ ਹੈ ਗਿਆਨੀ ਭਗਤ, ਜਿਹਦੇ ਅੰਦਰ ਆਤਮ ਤੱਤ ਦੀ ਪਹਿਚਾਣ ਦੀ ਲੋਚਾ ਹੈ, ਜਿਹੜਾ ਆਪਣੇ ਆਪ ਨੂੰ ਪਹਿਚਾਨਣਾ ਚਾਹੁੰਦਾ ਹੈ। ਖੈਰ ਉੱਥੇ 4 ਤਰ੍ਹਾਂ ਦੇ ਭਗਤ ਦੱਸੇ ਗਏ, ਪਰ ਗੁਰਮਤਿ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਇੱਥੇ ਭਗਤ ਦੀ ਜਿਹੜੀ ਪਰਿਭਾਸ਼ਾ ਡੈਫੀਨੇਸ਼ਨ ਲਕਸ਼ਣ ਗੁਰੂ ਗ੍ਰੰਥ ਸਾਹਿਬ ਦੱਸੇ ਗਏ ਉਹ ਗੀਤਾ ਤੋਂ ਕੁਝ ਹਟ ਕੇ ਨੇ, ਤੇ ਮੇਰਾ ਖਿਆਲ ਸਾਨੂੰ ਗੁਰਬਾਣੀ ਦੇ ਵਿਸ਼ੇ ਤੇ ਮੈਂ ਇਸ ਕਰਕੇ ਇਹ ਜ਼ਿਕਰ ਕਰ ਦਿੱਤਾ ਕਿਉਂਕਿ ਕਈ ਵਾਰੀ ਕਥਾ 'ਚ ਕਰਦੇ ਹਾਂ ਭਗਤਾਂ ਦੇ ਦਰਜਾ ਬਦਰਜਾ ਜ਼ਿਕਰ ਕੀਤਾ ਜਾਂਦਾ, ਪਰ ਗੁਰਬਾਣੀ ਨੇ ਗੁਰਮਤ ਨੇ ਜਿਹੜੀ ਭਗਤ ਦੀ ਪਰਿਭਾਸ਼ਾ ਦਿੱਤੀ, ਭਗਤ ਦੇ ਲਕਸ਼ਣ ਦਿੱਤੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਆਪਣੀ ਰਚਨਾ ਵਿੱਚ ਇਹ ਦੱਸਿਆ ਹੈ, ਜਿਨ੍ਹਾਂ ਦਾ ਮੁਕੰਮਲ ਨਾਮ ਹੈ ਫਰੀਦੁਦੀਨ ਮਸੂਦ ਸ਼ਕਰਗੰਜ। ਉਹਨਾਂ ਨੇ ਆਪਣੀ ਰਚਨਾ 'ਚ ਸ਼ਲੋਕਾਂ 'ਚ ਪਰਮਾਤਮਾ ਦਾ ਭਗਤ ਜੋ ਹੈ ਉਹਦੇ ਬਾਹਰਮੁਖੀ 3 ਕੁ ਕਰਮ ਦੇਖ ਕੇ, ਹਾਲਾਂਕਿ ਭਗਤ ਦੇ ਅੰਦਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਪਰ 3 ਕੁ ਗੁਣ ਦੇਖ ਕੇ ਉਹਨਾਂ ਨੇ ਕਿਹਾ ਪਰਮਾਤਮਾ ਦਾ ਭਗਤ ਐਸਾ ਹੁੰਦਾ ਹੈ। ਪਹਿਲਾ ਉਸ ਦਾ ਗੁਣ ਇਹ ਵੇ ਕਿ ਪਰਮਾਤਮਾ ਦੇ ਭਗਤ ਕੋਲ ਅਲਗ ਅਕਲ, ਸਿਆਣਪ, ਅਨੁਭਵ ਦਾ, ਰੂਹਾਨੀਅਤ ਦੇ ਖਜ਼ਾਨੇ ਦਾ ਭੰਡਾਰਾ ਹੈ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਪਰਮਾਤਮਾ ਦਾ ਭਗਤ, ਪਰਮੇਸ਼ਵਰ ਦਾ ਪਿਆਰਾ ਸੱਚ ਇਹ ਵੀ ਪ੍ਰਭੂ ਦੇ ਸਾਹਮਣੇ ਆਪਣੀ ਨਿਮਰਤਾ ਦੀ ਜ਼ਿੰਦਗੀ ਬਤੀਤ ਕਰਦਿਆਂ ਆਪਣੇ ਆਪ ਨੂੰ ਇਆਣਾ ਹੀ ਸਮਝਦਾ ਹੈ। ਗਿਆਨ ਉਸ ਕੋਲ ਬੜਾ ਹੈ ਪਰ ਆਪਣੇ ਆਪ ਨੂੰ ਇਆਣਾ ਜਾਣਦਾ ਹੈ। ਦੂਸਰਾ, ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ 'ਚ ਭਗਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਕੋਲ ਤਾਕਤ ਵੀ ਬਹੁਤ ਹੈ, ਸ਼ਕਤੀ ਬੜੀ, ਬੜਾ ਤਾਣ ਹੈ ਉਹਦੇ ਕੋਲ, ਪਰ ਸਭ ਕੁਝ ਆਪਣੇ ਤਨ ਉੱਤੇ ਪਿੰਡੇ ਉੱਤੇ ਜਰ ਜਾਂਦਾ ਹੈ, ਪਰ ਤਾਕਤ ਹੋਣ ਦੇ ਬਾਵਜੂਦ ਤਾਕਤ ਦਾ ਪ੍ਰਗਟਾਵਾ ਨਹੀਂ ਕਰਦਾ। ਤੀਸਰਾ ਭਗਤ ਦਾ ਗੁਣ ਹੈ ਕਿ ਉਹਦੇ ਅੰਦਰ ਵੰਡਣ ਦੀ ਬਿਰਤੀ, ਉਹਦੇ ਅੰਦਰ ਪਕੜ ਨਹੀਂ। ਇਹ ਮੈਂ ਫਿਰ ਬੇਨਤੀ ਦੁਬਾਰਾ ਕਰਾਂਗਾ, ਇਹਦਾ ਥੋੜ੍ਹਾ ਜਿਹਾ ਖੁਲਾਸਾ ਕਰ ਲਈ, ਉਸ ਕੋਲ ਥੋੜ੍ਹੀ ਤੋਂ ਥੋੜ੍ਹੀ ਵੀ ਵਸਤੂ ਹੋਵੇ ਉਹਦੇ ਉੱਤੇ ਆਪਣਾ ਕਬਜ਼ਾ ਕਰਨ ਦੀ ਥਾਂ ਸੱਚ ਇਹ ਵੇ ਕਿ ਉਹ ਪ੍ਰਭੂ ਪਿਆਰੇ ਭਗਤ ਜਨ, ਸੰਤ ਜਨ ਉਹਨਾਂ ਦੀ ਸੇਵਾ ਵਿੱਚ ਉਹਨੂੰ ਵੰਡ ਦਿੰਦਾ ਹੈ। ਇਉਂ ਕਹਿ ਲਵੋ ਕਿ ਗੁਰਬਾਣੀ ਵਿੱਚ ਭਗਤ ਦੇ ਜੀਵਨ ਦੀ ਪਰਿਭਾਸ਼ਾ ਹੈ, ਕੇਵਲ ਭਗਤ ਅੱਖਰ ਨੂੰ ਕੋਈ ਥਾਂ ਨਹੀਂ ਇੰਨੀ ਜੇ ਜੀਵਨ ਨਹੀਂ ਤਾਂ, ਕਿਉਂਕਿ ਗੁਰਬਾਣੀ ਵਿੱਚ ਜਿੰਨੇ ਵੀ ਪਵਿੱਤਰ ਸ਼ਬਦ ਵਰਤੇ ਨੇ, ਮੈਂ ਅਰਜ਼ ਕਰਾਂ ਹਰ ਸ਼ਬਦ ਦੇ ਪਿੱਛੇ ਜੀਵਨ ਹੈ। ਪਰ ਖੇਦ ਇਸ ਗੱਲ ਦਾ ਹੈ, ਅੱਜ ਗੁਰਬਾਣੀ ਦੇ ਸ਼ਬਦਾਂ ਨੂੰ ਵਰਤਿਆ ਲਿਆ ਜਾਂਦਾ ਹੈ, ਪਰ ਉਹਦੇ ਪਿਛਲਾ ਜਿਹੜਾ ਜੀਵਨ ਹੈ ਉਹਦੇ ਤੋਂ ਕਈ ਵਾਰੀ ਜਿਸ ਸਰੀਰ ਲਈ ਉਹ ਸ਼ਬਦ ਵਰਤਿਆ ਜਾਂਦਾ ਹੈ ਰੂਹਾਨੀਅਤ ਦਾ, ਉਹ ਉਹਦੇ ਤੋਂ ਵਿਰਵਾ ਹੁੰਦਾ ਉਹਨਾਂ ਗੁਣਾਂ ਤੋਂ। ਜਿਵੇਂ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਸੰਤ ਲਫ਼ਜ਼ ਅੱਜ ਬੜਾ ਪ੍ਰਚਲਿਤ ਹੈ, ਹਰ ਕੋਈ ਆਪਣੇ ਆਪ ਨੂੰ ਸੰਤ, ਤੇ ਖਾਸ ਕਰਕੇ ਸਾਡੇ ਸਿੱਖ ਧਰਮ 'ਚ
ਇੱਕ ਪ੍ਰੋਫੈਸਰ ਸ਼ਬਦ ਤੇ ਦੂਜਾ ਸੰਤ ਸ਼ਬਦ ਪੂਰੇ ਸਿਖਰਾਂ ਤੇ ਟਕਰਾਓ ਵਿੱਚ ਨੇ। ਮੈਂ ਬੇਨਤੀ ਕਰਾਂਗਾ ਗੁਰਬਾਣੀ ਵਿੱਚ ਜੇ ਦੇਖੋ ਤੇ ਸੰਤ ਲਿਬਾਸ ਦਾ ਨਾਮ ਨਹੀਂ, ਸੰਤ ਕਿਸੇ ਸੰਪਰਦਾ ਨਾਲ ਜੁੜੇ ਕੋਈ ਇਨਸਾਨ ਦਾ ਨਾਮ ਨਹੀਂ। ਸੰਤ ਲਫ਼ਜ਼ ਇਹ ਤਾਂ ਇੱਕ ਜੀਵਨ ਹੈ, ਉਹ ਪਵਿੱਤਰ ਜੀਵਨ ਜਿਹਦਾ ਇੱਕ ਸ਼ਬਦ ਕਹਿਣ ਨਾਲ ਪਰਮਾਤਮਾ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਵੀ ਬਖਸ਼ ਦੇਵੇ। ਫਿਰ ਬੇਨਤੀ ਸੁਣੋ, ਸੰਤ ਉਹ ਜਿਹਦੇ ਇੱਕ ਲਫ਼ਜ਼ ਨਾਲ ਕਰੋੜਾਂ ਪਾਪੀ ਛੁੱਟ ਜਾਣ, ਉਹਨੂੰ ਸੰਤ ਕਿਵੇਂ ਕਹਿ ਦਿਆਂਗੇ ਜਿਹੜਾ ਸੰਤ ਲਫ਼ਜ਼ ਦੇ ਥੱਲੇ ਕਰੋੜਾਂ ਪਾਪ ਕਰਦਾ ਹੋਵੇ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਦੇ ਕੋਲ ਇੰਨੀ ਸਮਰੱਥਾ ਹੈ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਸੰਤ ਉਹ ਜਿਨ੍ਹੇ ਮਾਇਆ ਨੂੰ ਛਾਲਿਆ ਹੈ, ਪਰ ਅਫਸੋਸ ਜਿਨ੍ਹਾਂ ਨੂੰ ਮਾਇਆ ਛਲ ਕੇ ਲੈ ਜਾਓ, ਉਹਦੇ ਲਈ ਲਫ਼ਜ਼ ਸੰਤ ਕਿਵੇਂ ਹੈ। ਮੈਂ ਬੇਨਤੀ ਕਰਾਂਗੇ, ਇਸੇ ਤਰ੍ਹਾਂ ਬ੍ਰਹਮ ਗਿਆਨੀ ਲਫ਼ਜ਼ ਹੈ, ਅਸੀਂ ਵਰਤਨੇ ਹਾਂ, ਪਰ ਬ੍ਰਹਮ ਗਿਆਨੀ ਲਫ਼ਜ਼ ਜਿਸ ਨੂੰ ਪਰਮਾਤਮਾ ਨੇ ਇਹ ਤਿੰਨ ਬਖਸ਼ਾਂ ਦੇ ਦਿੱਤੀਆਂ, ਜਿਹਦੇ ਮੁੱਖ ਵਿੱਚ ਨਾਮ, ਜਿਹਦੇ ਮਨ ਵਿੱਚ ਪ੍ਰਭੂ ਦਾ ਵਿਸ਼ਰਾਮ, ਤੇ ਜਿਹਦੇ ਨੇਤਰਾਂ ਵਿੱਚ ਕੇਵਲ ਪਰਮਾਤਮਾ ਨੇ ਸਮ ਦ੍ਰਿਸ਼ਟੀ ਆਪਣੀ ਝਲਕ ਦਿੱਤੀ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਖੈਰ ਮੈਂ ਆਪਣੇ ਵਿਸ਼ੇ ਵਿੱਚ ਰਹਾ, ਭਗਤ ਕੌਣ ਹੈ? ਮਰਜ ਕੀਤੀ, ਸਭ ਤੋਂ ਪਹਿਲਾਂ ਭਗਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਨੇ ਦਿੱਤੀ, ਕਿਉਂਕਿ ਅਸੀਂ ਇਸ ਤੁਕ ਦੇ ਅਰਥ ਕਰ ਰਹੇ ਹਾਂ, ਭਗਤ ਤੇਰਾ ਮਨ ਭਾਵਦੇ। ਹਜ਼ੂਰ ਨੇ ਫਰਮਾਇਆ, ਮਤ ਖੁੰਦੀ ਹੋਏ ਇਆਣਾ, ਭਗਤ ਵੋ ਹੈ ਜਿਸ ਨੂੰ ਪਰਮਾਤਮਾ ਨੇ ਅੰਦਰ ਦੀ ਬਹੁਤ ਉੱਚੀ ਮਤ ਦਿੱਤੀ ਹੈ।